मोगा में डेंगू और चिकनगुनिया के मरीज लगातार बढ़ते जा रहे हैं। मरीजों को देखते हुए सरकारी हॉस्पिटल में अलग से वार्ड बनाया गया है। मरीजों के इलाज के लिए सभी दवाई फ्री दी जा रही है। वहीं डॉक्टरों के कहने के मुताबिक अगर मरीज के हाथ पांव में दर्द हो रहा है या फिर थोड़ा बुखार होता है तो तुरंत अपने नज़दीकी डॉक्टर को ज़रूर दिखाएं। आपको बता दें कि मोगा हॉस्पिटल में 8 मरीज फिलहाल भर्ती हैं जिनका इलाज चल रहा है। ਫਤਿਹਪੁਰ ਝੁਕੀਆਂ ਜੀ ਤੇ ਕੀ ਤਕਲੀਫ ਕੀ ਤੈਨੂੰ ਤਕਲੀਫ ਜੀ ਮੈਂ ਜੀ ਵਾਲੀ ਗੋਲੀ ਖਾਂਦਾ ਸੀਗਾ ਤੇ ਮੇਰੀਆਂ ਲੱਤਾਂ ਨਾ ਉਸਕੇ ਨੇ ਭਾਗ ਚਲਣੋਂ ਹਟ ਗਈਆਂ ਤੇ ਡਾਕਟਰ ਤੋਂ ਮੈਂ ਟੀਕਾ ਲਵਾਇਆ ਮੈਂ ਕਿਹਾ ਲੱਤਾਂ ਬਗਣਾ ਦੁਖਦੀਆਂ ਤੇ ਜਦੋਂ ਉਹਨੇ ਟੀਕਾ ਲਾਇਆ ਤੇ ਮੇਰੀਆਂ ਲੱਤਾਂ ਇੱਕੇ ਵੇਲੇ ਮੈਂ ਡਿੱਗ ਪਿਆ ਥੱਲੇ ਤੇ ਫਿਰ ਮੈਂ ਚੋਗ ਲਾ ਗਿਆ ਮੇਰੇ ਤੋਂ ਖਲਾ ਹੀ ਨਾ ਇਹ ਜਿਹੜਾ ਡੇਂਗੂ ਤੇ ਚਿਕਨਗੋਨੀਆ ਇਹ ਦੋਨੇ ਰਿਲੇਟਡ ਹੀ ਬਿਮਾਰੀਆਂ ਹੈਗੀਆਂ ਨੇ ਤੇ ਦੋਨਾਂ ਦਾ ਇਹ ਹੈ ਕਿ ਦੋਨੇ ਮੱਛਰ ਦੇ ਕੱਟਣ ਨਾਲ ਫੈਲਦੀਆਂ ਜਿਹੜਾ ਇਹ ਮੱਛਰ ਕੱਟਦਾ ਇਹ ਦਿਨ ਵੇਲੇ ਕੱਟਦਾ ਮੱਛਰ ਅਤੇ ਮੱਛਰ ਜਿਹੜਾ ਹੈਗਾ ਇਹ ਜ਼ਿਆਦਾਤਰ ਜਿਵੇਂ ਆਪਾਂ ਪਾਣੀ ਦੇ ਨਿੱਕੇ ਨਿੱਕੇ ਕੋਈ ਗਮਲਿਆਂ 'ਚ ਹੋ ਗਿਆ ਟਾਇਰਾਂ 'ਚ ਇਕੱਠਾ ਹੋ ਗਿਆ ਆਪਣੇ ਘਰਾਂ ਦੇ ਵਿੱਚ ਕੋਈ ਕੰਟੇਨਰ ਪਿਆ ਰਹਿ ਗਿਆ ਉਹਦੇ 'ਚ ਕਿਤੇ ਪਾਣੀ ਇਕੱਠਾ ਹੈ ਮੇਨਲੀ ਉੱਥੇ ਸਾਫ਼ ਪਾਣੀ ਦੇ ਵਿੱਚ ਜਾਣੀ ਕਿ ਗੰਦੇ ਪਾਣੀ ਵਿੱਚ ਸਾਫ਼ ਪਾਣੀ ਵਿੱਚ ਇਹ ਪੱਲਣ ਵਾਲਾ ਮੱਛਰ ਉਹਦੇ ਕੱਟਣ ਨਾਲ ਇਹ ਹੁੰਦਾ ਅਤੇ ਜ਼ਿਆਦਾ ਮੱਛਰ ਦੀ ਰੇਂਜ ਵੀ ਬਹੁਤੀ ਨਹੀਂ ਹੁੰਦੀ ਇਹ ਇਹ ਹਰ ਸਾਲ ਜੀ ਇਸ ਸੀਜ਼ਨ 'ਚ ਵੱਧਦੇ ਹੁੰਦੇ ਕੇਸ ਕੋਈ ਨਵੀਂ ਨਹੀਂ ਹੈ ਐਵਰੀ ਈਅਰ ਜਦੋਂ ਟੈਂਪਰੇਚਰ ਹਿਊਮਿਡ ਇਸ ਤਰ੍ਹਾਂ ਡੇ ਟਾਈਮ ਟੈਂਪਰੇਚਰ ਹਿਊਮਿਡ ਹੁੰਦਾ ਵਾ ਉਸ ਟਾਈਮ ਹਮੇਸ਼ਾ ਹੀ ਇਨਕਰੀਜ਼ ਹੁੰਦਾ ਵਾ ਅਤੇ ਇਸ ਵਾਰ ਵੀ ਚਿਕਨਗੁਨੀਆ ਦੇ ਡੇਂਗੂ ਦੇ ਕੇਸ ਥੋੜ੍ਹੇ ਇਨਕਰੀਜ਼ ਹੋ ਰਹੇ ਆ ਅਤੇ ਇਸ ਵਾਰ ਜਿਹੜੇ ਹੈਗੇ ਆ ਡੇਂਗੂ ਦੇ ਆਪਣੇ ਕੋਲ ਇਸ ਟਾਈਮ 8 ਪੇਸ਼ੈਂਟ ਐਡਮਿਟ ਟੋਟਲ ਹੈਗੇ ਆ ਜਿਹੜੇ ਐਡਮਿਟਡ ਆ 6 ਆਪਣੇ ਗਵਰਨਮੈਂਟ ਇੰਸਟੀਟਿਊਟ 'ਚ 2